ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਜਿਹੜੀ ਆਪਣੀ ਲੋਕ ਹੈ ਨਾ ਇਹਦੇ ਵਿੱਚ ਮੈ ਮੈਚ्योर ਸਕਿਨ ਵਾਸਤੇ ਮੇਕਅਪ ਲੁੱਕ ਸ਼ੇਅਰ ਕਰੂੰਗੀ ਜੇ ਮੇਰੇ ਕੋਲ ਕੋਈ ਮਾਡਲ ਹੁੰਦੀ ਇਸ ਤਰ੍ਹਾਂ ਦੀ ਤਾਂ ਮੈਂ ਜ਼ਰੂਰ ਉਸ ਫੇਸ ਤੇ ਮੇਕਅਪ ਕਰਕੇ ਦਿਖਾਉਂਦੀ ਪਰ ਮੈਂ ਇੱਥੇ ਆਪਣੀ ਫੇਸ ਤੇ ਜਿਹੜਾ ਇਹ ਮੇਕਅਪ ਕਰਕੇ ਦਿਖਾਉਂਗੀ ਕਿਉਂਕਿ ਜਿਹੜੀ ਮੈਚ्योर ਸਕਿਨ ਹੁੰਦੀ ਹੈ ਨਾ ਜਿਵੇਂ ਆਪਣੀ ਏਜ ਹੋ ਜਾਂਦੀ ਹੈ 30 ਪਲੱਸ ਹਨ ਜਿਵੇਂ 45 ਸਾਲਾਂ ਤੱਕ ਇਸ ਤਰ੍ਹਾਂ ਤੁਹਾਡੀ ਏਜ ਹੋ ਜਾਂਦੀ ਹੈ ਉਸ ਤਰ੍ਹਾਂ ਆਪਣੀ ਜਿਹੜੀ ਸਕਿਨ ਹੈ ਉਹ ਢਲਣੀ ਸਟਾਰਟ ਹੋ ਜਾਂਦੀ ਹੈ ਢਿੱਲੇ ਢਿੱਲੇ ਲੱਗਣ ਲੱਗ ਜਾਂਦਾ ਆਪਣਾ ਫੇਸ ਤੇ ਲੜੇ ਲੜੇ ਸਕਿਨ ਹਨਾ ਤੇ ਉਹਦੇ ਉੱਪਰ ਬਹੁਤ ਜ਼ਿਆਦਾ ਪ੍ਰੋਬਲਮਸ ਵੀ ਆਉਂਦੀਆਂ ਨੇ ਜਿਵੇਂ ਕਿ ਰਿੰਕਲ ਦੀ ਹਨਾ ਡਾਰਕ ਸਰਕਲ ਦੀ ਪਿਗਮੇਟੇਸ਼ਨ ਦੀ ਹੋਰ ਵੀ ਬਹੁਤ ਜ਼ਿਆਦਾ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਫਿਰ ਉਸ ਤਰ੍ਹਾਂ ਦੀ ਸਕਿਨ ਤੇ ਮੇਕਅਪ ਕਰਨਾ ਬਹੁਤ ਜ਼ਿਆਦਾ ਔਖਾ ਹੁੰਦਾ ਤੇ ਉੱਪਰੋਂ ਡਰਾਈ ਵੀ ਹੁੰਦੀ ਹੈ ਸਕਿਨ ਹਨਾ ਸੋ ਇੱਥੇ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਆਪਣੇ ਚਿਹਰੇ ਨੂੰ ਮੋਇਸਚਰਾਈਜ਼ ਕਰਨਾ ਹੈ ਤੁਸੀਂ ਦੇਖ ਹੀ ਲਿਆ ਹੋਊਗਾ ਕਿ ਕਿੰਨਾ ਜ਼ਿਆਦਾ ਤਕਰੀਬਨ ਸਮਝ ਕੇ ਚਲੋ ਵੀ ਅੱਧੀ ਡੱਬੀ ਅੱਧੀ ਡੱਬੀ ਨਹੀਂ ਆਪਾਂ ਕਵਾਂਗੇ ਮੈਂ ਵੈਸੇ ਹੀ ਮਤਲਬ ਕਹਿ ਰਹੀ ਐ ਮਤਲਬ ਕਿ ਬਹੁਤ ਜ਼ਿਆਦਾ ਮੋਇਸਚਰਾਈਜ਼ ਕਰਨ ਦੀ ਲੋੜ ਹੁੰਦੀ ਹੈ ਇੰਨਾ ਜ਼ਿਆਦਾ ਮੋਇਸਚਰਾਈਜ਼ਰ ਲੈਣਾ ਤੁਸੀਂ ਕੋਈ ਵੀ ਮੋਇਸਚਰਾਈਜ਼ਰ ਲੈ ਸਕਦੇ ਹੋ ਬਾਕੀ ਸਕਿਨ ਦੇ ਹਿਸਾਬ ਨਾਲ ਲੈ ਸਕਦੇ ਹੋ ਇਹ ਬਹੁਤ ਵਧੀਆ ਨੀਵਿਆ ਦਾ ਮੋਇਸਚਰਾਈਜ਼ਰ ਹੈ ਇਸ ਤਰ੍ਹਾਂ ਮੋਇਸਚਰਾਈਜ਼ਰ ਨੂੰ ਲਗਾ ਕੇ ਨਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਤੇ ਚਿਹਰੇ ਦੇ ਵਿੱਚ ਪੂਰਾ ਇਹਨੂੰ ਵੀ ਆਪਣੇ ਚਿਹਰੇ ਦੇ ਵਿੱਚ ਰਾਤ ਜੀ ਇਹ ਹੈ ਨਾ ਔਬਜ਼ਰਵ ਬੁਖਾਰ ਲੈ ਆਪਣੀ ਸਕਿਨ ਉਦੋਂ ਤੱਕ ਇਹਨੂੰ ਹਲਕੀ ਹਲਕੀ ਹੱਥਾਂ ਨਾਲ ਜਿਹੜਾ ਤੁਸੀਂ ਇਸ ਤਰ੍ਹਾਂ ਅਪਲਾਈ ਕਰਨਾ ਜੇ ਇੱਕ ਵਾਰੀ ਅਪਲਾਈ ਕਰਨ ਤੋਂ ਬਾਅਦ ਮੋਇਸਚਰਾਈਜ਼ਰ ਤੁਹਾਨੂੰ ਫਿਰ ਵੀ ਲੱਗ ਰਿਹਾ ਨਾ ਵੀ ਤੁਹਾਡੀ ਸਕਿਨ ਡਰਾਈ ਹੈ ਵਾਰਾਡੋ ਮੋਇਸਚਰਾਈਜ਼ਰ ਲਗਾਓ ਲੇਕਿਨ ਜਿਹੜਾ ਸਕਿਨ ਹੈ ਉਹ ਚੰਗੀ ਤਰ੍ਹਾਂ ਮੋਇਸਚਰਾਈਜ਼ ਕਰਨਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਤੁਹਾਡੀ ਜੇਕਰ ਮੈਚ्योर ਸਕਿਨ ਹੈ ਕਈ ਵਾਰ ਇਸ ਤਰ੍ਹਾਂ ਦੀਆਂ ਬ੍ਰਾਈਡਲਸ ਵੀ ਹਨਾ ਜੇ ਤੁਹਾਡਾ ਕੋਈ ਸੈਲੂਨ ਜਾਂ ਤੁਸੀਂ ਮੇਕਅਪ ਦਾ ਮੇਕਅਪ ਆਰਟਿਸਟ ਨੂੰ ਕੰਮ ਕਰਦੇ ਹੋ ਤਾਂ ਬ੍ਰਾਈਡਲਸ ਵੀ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਉਹਨਾਂ ਦੀ ਸਕਿਨ ਵੀ ਬਹੁਤ ਜ਼ਿਆਦਾ ਮੈਚ्योर ਹੁੰਦੀ ਹੈ ਬਹੁਤ ਜ਼ਿਆਦਾ ਪ੍ਰੋਬਲਮਸ ਹੁੰਦੀਆਂ ਨੇ ਸਕਿਨ ਤੇ ਐਂਡ ਉਸ ਤੋਂ ਬਾਅਦ ਜਦੋਂ ਮੋਇਸਚਰਾਈਜ਼ਰ ਨੂੰ ਮੈਂ ਚੰਗੀ ਤਰ੍ਹਾਂ ਸਕਿਨ ਤੇ ਲਗਾ ਲਿਆ ਅਬਜ਼ਰਬ ਹੋ ਗਿਆ ਆਪਣੀ ਸਕਿਨ ਦੇ ਵਿੱਚ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਮਤਲਬ ਆਪਾਂ ਹਾਈਡਰੇਟਿੰਗ ਸੀਰਮ ਜਾਂ ਹਾਈਡਰੇਟਿੰਗ ਇਸ ਤਰ੍ਹਾਂ ਦੀ ਕਰੀਮ ਆਉਂਦੀ ਹੈ ਹਨਾ ਇਹ ਲੌਰੇਲ ਦੀ ਹਾਈਡਰੇਟਿੰਗ ਕਰੀਮ ਹੈ ਜਿਹੜੀ ਹਾਈਡਰਾ ਬੂਸਟ ਤੇ ਇਹ ਯੂਜ਼ ਕਰੂੰਗੀ ਮੈਂ ਹੁਣ ਕਿਉਂਕਿ ਸਕਿਨ ਨੂੰ ਹਾਈਡਰੇਟ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਿਹੜੀ ਇਸ ਤਰ੍ਹਾਂ ਦੀ ਸਕਿਨ ਹੁੰਦੀ ਉਹ ਡਰਾਈ ਵੀ ਬਹੁਤ ਹੁੰਦੀ ਹੈ ਤੇ ਉਹਨੂੰ ਬਹੁਤ ਜ਼ਿਆਦਾ ਮੋਇਸਚਰਾਈਜ਼ਰ ਦੀ ਲੋੜ ਹੁੰਦੀ ਹੈ ਕਿ ਹੋਗੀਏ ਸਕਿਨ ਨੂੰ ਮੋਸਚਰਾਈਜ਼ ਨਹੀਂ ਕਰਦੇ ਚੰਗੀ ਤਰ੍ਹਾਂ ਤਾਂ ਸਕਿਨ ਤੇ ਕ੍ਰੈਕਸ ਆ ਜਾਂਦੇ ਆ ਫਾਊਂਡੇਸ਼ਨ ਦੇ ਤੇ ਆਪਣੀ ਸਕਿਨ ਜਿਹੜੀ ਏਸਟ ਦਿਸਣ ਲੱਗ ਜਾਂਦੀ ਆ ਮਤਲਬ ਜੇ ਕਿ ਰਿੰਕਲ ਵਗੈਰਾ ਹੁੰਦੇ ਆ ਲਾਈਨਾਂ ਹੁੰਦੀਆਂ ਆਪਣੇ ਹਨ ਉਹ ਜ਼ਿਆਦਾ ਦਿਖਣ ਲੱਗ ਜਾਂਦੀਆਂ ਨੇ ਤੇ ਹੁਣ ਮੈਚੂਰ ਸਕਿਨ ਹੈ ਤਾਂ ਡਾਰਕ ਸਰਕਲ ਵੀ ਹੁੰਦੇ ਆ ਸਕਿਨ ਦੇ ਉੱਪਰ ਤਾਂ ਉਹਨਾਂ ਨੂੰ ਛਪਾਉਣਾ ਵੀ ਜ਼ਰੂਰੀ ਹੁੰਦਾ ਸੋ ਉਹਦੇ ਲਈ ਔਰੇਂਜ ਕਲਰ ਕੈਕਟਰ ਦਾ ਯੂਜ਼ ਕਰਨਾ ਹੈ ਤੁਸੀਂ ਸੋ ਇਹ ਮੈਂ ਕੋਡ ਹੀ ਬਣਾਇਆ ਹੈ orange color קרੈਕਟਰ ਇਹਨੂੰ ਇਸ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪੂਰੇ ਫੇਸ ਤੇ ਬਲੈਂਡ ਨਹੀਂ ਕਰਨਾ ਫਿੰਗਰ ਦੀ ਮਦਦ ਨਾਲ ਟੈਪ ਟੈਪ ਕਰਦੇ ਹੋਏ ਜਿਵੇਂ ਆਪਾਂ ਬਿਊਟੀ ਬਲੈਂਡਰ ਨੂੰ ਟੈਪ ਟੈਪ ਕਰਦੇ ਹੁੰਦੇ ਹਾਂ ਨਾ ਉਸ ਤਰ੍ਹਾਂ ਟੈਪ ਟੈਪ ਕਰਦੇ ਹੋ ਸਿਰਫ ਉਸੇ ਉਸੇ ਜਗ੍ਹਾ ਤੇ ਜਿੱਥੇ ਜਿੱਥੇ ਡਾਰਕ ਸਰਕਲ ਹੈ ਜਿੱਥੇ ਜਿੱਥੇ ਤੁਹਾਡੇ ਡਾਰਕ ਏਰੀਆ ਹੈ ਜੈਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਉੱਥੇ ਉੱਥੇ ਹੀ ਇਹਨੂੰ ਹਲਕਾ ਹਲਕਾ ਟੈਪ ਟੈਪ ਕਰਨਾ ਹੈ ਮਤਲਬ ਉੱਥੇ ਹੀ ਨੂੰ ਰਹਿਣ ਦੇਣਾ ਉਸ ਤੋਂ ਬਾਅਦ ਜਦੋਂ ਆਪਾਂ ਇਹਨੂੰ ਕਲਰ ਨੂੰ orange color קרੈਕਟਰ ਨੂੰ ਸੈੱਟ ਕਰ ਲਿਆ ਤਾਂ ਲੂਜ਼ ਪ ਸੋ ਇਥੇ ਮੈਂ Loreal ਦਾ loose powder ਲੈਤਾਗਾ ਤੁਸੀਂ Lakme ਦਾ ਜਾਂ ਕੋਈ ਵੀ ਇਸ ਤਰ੍ਹਾਂ ਦੇ ਜਿਹੜੇ loose powder ਆਉਂਦੇ ਆ ਲੈ ਸਕਦੇ ਹੋ ਐਂਡ ਉਸ ਤੋਂ ਬਾਅਦ ਤੁਸੀਂ ਫਿਰ ਆਪਾਂ ਇਹਨੂੰ ਥੋੜਾ ਟਾਈਮ ਰੱਖਾਂਗੇ loose powder ਨੂੰ ਜਾਨੀ ਕਿ 2-4 ਮਿੰਟ ਰੱਖਾਂਗੇ ਜੰਗੀ ਤਰ੍ਹਾਂ ਵੀ ਇਹ ਸੈੱਟ ਹੋ ਜੂ ਆਪਣੇ ਜਿਹੜਾ ਕਲਰ ਕਰੈਕਟਰ ਯੂਜ਼ ਕੀਤਾ ਆਪਾਂ ਹਨ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਆਪਣੀ ਆਈਬ੍ਰੋਜ਼ ਨੂੰ ਸੈੱਟ ਕਰਾਂਗੇ ਆਈਬ੍ਰੋਜ਼ ਨੂੰ ਬਿਲਕੁਲ ਹੀ ਨੇਚਰਲ ਜਿਹਾ ਰੱਖਾਂਗੇ ਆਪਾਂ ਬਾਕੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਦੀ ਹੁੰਨੀ ਆ ਜੀ हेयर कट ਨੇ ਤਾਂ ਤੁਸੀਂ ਮਤਲਬ ਹੁਣ ਥੋੜੀ ਸ਼ੇਪ ਬਣਾ ਲਓ ਹਨ ਹੁਣ ਥੋੜੇ ਟਾਈਮ ਬਾਅਦ ਜਿਹੜਾ ਐਕਸਟਰਾ ਪਾਊਡਰ ਹੈ ਕਲਰ orange ਕਲਰ ਕਰੈਕਟਰ ਦੇ ਆਪਾਂ ਲਗਾਇਆ ਸੀ ਲੂਜ਼ ਪਾਊਡਰ ਸੋ ਉਹਨੂੰ ਆਪਾਂ ਝਾੜ ਲੈਣਾ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਸਾਰੇ ਪਾਊਡਰ ਨੂੰ ਝਾੜ ਦਾਂਗੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਲੂਜ਼ ਪਾਊਡਰ ਦੀ ਵਰਤੋਂ ਨਹੀਂ ਕਰਨੀ ਹੁੰਦੀਗੀ ਸਪੈਸ਼ਲੀ ਮੈਚਰ ਸਕਿਨ ਤੇ ਤਾਂ ਬਹੁਤ ਜ਼ਿਆਦਾ ਨਹੀਂ ਕਰਨੀ ਹੁੰਦੀ ਵਰਤੋਂ ਐਂਡ ਉਸ ਤੋਂ ਬਾਅਦ ਹੁਣ ਆਪਾਂ ਜਿਹੜਾ ਫਾਊਂਡੇਸ਼ਨ ਲਾਵਾਂਗੇ ਤੁਸੀਂ ਜੋ ਵੀ ਫਾਊਂਡੇਸ਼ਨ ਯੂਜ਼ ਕਰਦੇ ਹੋ ਜਿਹੜਾ ਤੁਹਾਨੂੰ ਵਧੀਆ ਲੱਗਦਾ ਹੈ ਜਿਹਦੀ ਕਵਰੇਜ ਹੈ ਨਾ ਬਟ ਇੰਨਾ ਕਈ ਵੀ ਸਕਿਨ ਟੋਨ ਦੇ ਨਾਲ ਮੈਚ ਕਰਦਾ ਹੋਵੇ ਨੈਚਰਲ ਜਿਹੜੀ ਸਕਿਨ ਟੋਨ ਹੁੰਦੀ ਹੈ ਥੋੜਾ ਜਿਹਾ ਇਹਨੂੰ ਵਾਰਮ ਕਰ ਲਾਂਗੇ ਇਸ ਤਰ੍ਹਾਂ ਆਪਾਂ ਤੇ ਫਿਰ ਇਹਨੂੰ ਲਗਾਉਣ ਦਾ ਤਰੀਕਾ ਵੀ ਮੈਂ ਅੱਗੇ ਤੁਹਾਨੂੰ ਦੱਸਦੀ ਆਂ ਦੇਖੋ ਇਸ ਤਰੀਕੇ ਨਾਲ ਲਗਾਉਣਾ ਹੈ ਇਹ ਕਿਉਂਕਿ ਮੈਚ्योर ਸਕਿਨ ਹੈ ਮੈਚ्योर ਸਕਿਨ ਤੇ ਹੈ ਜਿਹੜਾ ਆਪਾਂ ਨੂੰ ਹਾਈ ਕਵਰੇਜ ਦੀ ਲੋੜ ਹੁੰਦੀ ਹੈ ਮਤਲਬ ਕਿ ਬਹੁਤ ਜ਼ਿਆਦਾ ਕਵਰੇਜ ਦੀ ਲੋੜ ਹੁੰਦੀ ਹੈ ਫਾਊਂਡੇਸ਼ਨ ਦੀ ਕਿਉਂਕਿ ਮੈਚ्योर ਸਕਿਨ ਤੇ ਇੰਨੀ ਜ਼ਿਆਦਾ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਨੂੰ ਹਾਈਡ ਕਰਨਾ ਹਨਾ ਲੁਕਾਉਣਾ ਤਾਂ ਫਿਰ ਉਹ ਤੋਂ ਵੀ ਜ਼ਿਆਦਾ ਥੋੜਾ ਟਫ ਹੋ ਜਾਂਦਾ ਸੋ ਇਸ ਦੇ ਲਈ ਫਾਊਂਡੇਸ਼ਨ ਨੂੰ ਵੀ ਚੰਗੇ ਤਰੀਕੇ ਨਾਲ ਬਲੈਂਡ ਕਰਨਾ ਚੰਗੀ ਤਰ੍ਹਾਂ ਉਹ ਫੇਸ ਤੇ ਸੈੱਟ ਕਰਨਾ ਵੀ ਜਿਹੜੀ ਕਵਰੇਜ ਆ ਉਹਦੀ ਵਧੀਆ ਆਵੇ ਸੋ ਇਸ ਤਰ੍ਹਾਂ ਤੁਸੀਂ ਲਗਾਉਣਾ ਦੇਖੋ ਡਾਟਸ ਦੇ ਵਿੱਚ ਨਹੀਂ ਲਗਾਉਣਾ ਪੂਰੇ ਫੇਸ ਤੇ ਇਹਨੂੰ ਲਗਾ ਲੈਣਾ ਚੰਗੀ ਤਰ੍ਹਾਂ ਐਂਡ ਉਸ ਤੋਂ ਬਾਅਦ ਬਿਊਟੀ ਬਲੈਂਡਰ ਲੈਣਾ ਤੁਸੀਂ ਚਾਹੋ ਤਾਂ ਫਿੰਗਰ ਦੀ ਮਦਦ ਨਾਲ ਜੇ ਤੁਹਾਡੇ ਕੋਲ ਲਗਾਏ ਨਹੀਂ ਜਾਂ ਤਾਂ ਬ੍ਰਸ਼ ਵੀ ਆਉਂਦੇ ਆ ਫਾਊਂਡੇਸ਼ਨ ਵਾਲੇ ਇਸ ਤਰ੍ਹਾਂ ਦੇ ਸੂਈ ਪ੍ਰੈਸ਼ਨਾਂ ਵੀ ਤੁਸੀਂ ਫਾਊਂਡੇਸ਼ਨ ਨੂੰ ਪੂਰੇ ਫੇਸ ਤੇ ਸੈੱਟ ਕਰ ਸਕਦੇ ਹੋ ਬਿਊਟੀ ਬਲੈਂਡਰ ਨੂੰ ਗਿੱਲਾ ਕਰਕੇ ਨਿਚੋੜ ਲੈਣਾ ਫਿਰ ਟੈਪ ਟੈਪ ਕਰਦੇ ਹੋਏ ਫਾਊਂਡੇਸ਼ਨ ਨੂੰ ਪੂਰੇ ਫੇਸ ਤੇ ਜਿਹੜਾ ਆਪਾਂ ਇਸ ਤਰ੍ਹਾਂ ਸੈੱਟ ਕਰਨਾ ਸੋ ਇਹਦੀ ਕਵਰੇਜ ਇਸ ਤਰ੍ਹਾਂ ਜਿਹੜਾ ਆਪਾਂ ਸੈੱਟ ਕਰਾਂਗੇ ਤਾਂ ਇਹਨੂੰ ਕੰਨਾਂ ਤੇ neck ਤੇ ਤੁਸੀਂ ਚੰਗੀ ਤਰ੍ਹਾਂ ਲਗਾ ਲੈਣਾ ਸਪੈਸ਼ਲੀ ਜੇ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਪਾਰਟੀ ਮੇਕਅਪ ਕਰ ਰਹੇ ਹੋ ਕਿਉਂਕਿ ਫਿਰ ਫੇਸ ਤੇ neck ਤੇ ਥੋੜੇ ਆਪਣੇ ਕੰਨ ਜਿਹੜੇ ਅਲੱਗ-ਅਲੱਗ ਦੇਖਦੇ ਆ ਹਨਾ ਜਿਹੜਾ ਫਾਊਂਡੇਸ਼ਨ ਨੂੰ ਆਪਾਂ ਸੈੱਟ ਕਰ ਲਿਆ ਲਗਾ ਲਿਆ ਉਸ ਤੋਂ ਬਾਅਦ ਆਪਾਂ ਕਨਸੀਲਰ ਲਾਵਾਂਗੇ ਟੂ ਸ਼ੇਡਸ ਲਾਈਟ ਹੈ ਕਨਸੀਲਰ ਆਪਣੀ ਸਕਿਨ ਦੇ ਨਾਲੋਂ ਕਨਸੀਲਰ ਲਗਾਉਣ ਦਾ ਵੀ ਠੇਕਾ ਹੁੰਦਾ ਇਸ ਤਰ੍ਹਾਂ ਲਗਾਉਣਾ ਤੁਸੀਂ ਕਨਸੀਲਰ ਕਈ ਲੋਕ ਗਲਤ ਤਰੀਕੇ ਨਾਲ ਕਨਸੀਲਰ ਦਾ ਯੂਜ਼ ਕਰ ਲੈਂਦੇ ਨੇ ਫਿਰ ਜਿਹੜੀ ਸਾਰੀ ਕਵਰੇਜ ਹੈ ਜਿਹੜਾ ਜਿਹੜਾ ਸਾਰਾ 베ਸ ਆ ਆਪਣਾ ਉਹ ਸਾਰਾ ਖਰਾਬ ਹੋ ਜਾਂਦਾ ਸੋ ਜਿਹੜੇ ਜਿਹੜੇ ਏਰੀਆਜ਼ ਨੂੰ ਆਪਾਂ ਹਾਈਲਾਈਟ ਕਰਨਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਉੱਥੇ ਲਗਾ ਕੇ ਕਨਸੀਲਰ ਨੂੰ ਐਂਡ ਉਸ ਤੋਂ ਬਾਅਦ ਬਿਊਟੀ ਬਲੈਂਡਰ ਨਾਲ ਟੈਪ ਟੈਪ ਕਰਦੇ ਹੋਏ ਜਿਹੜਾ ਕਨਸੀਲਰ ਨੂੰ ਆਪਾਂ ਕਰ ਲਾਂਗੇ ਸੈਟ ਵੀਡੀਓ ਨੂੰ ਵਿੱਚੋਂ ਬਿਲਕੁਲ ਨਾ ਸਕਿਪ ਕਰਿਓ ਬਿਲਕੁਲ ਨਾ ਲੰਘਾਓ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਸੀਂ ਚੰਗੀ ਤਰ੍ਹਾਂ ਪ੍ਰੋਪਰ ਮੈਚਰ ਸਕਿਨ ਤੇ ਬੀ ਸੈੱਟ ਕਰਨਾ ਸਿੱਖਣਾ ਚਾਹੁੰਦੇ ਹੋ ਡਿਟੇਲ ਦੇ ਵਿੱਚ ਮੈਂ ਬਿਲਕੁਲ ਇੱਕ ਇੱਕ ਗੱਲ ਹੈ ਜਿਹੜੀ ਦੱਸੀ ਹੈ ਕਿਉਂਕਿ ਤੁਸੀਂ ਵੀਡੀਓ ਵਿੱਚੋਂ ਲਗਾ ਦਿਨੇ ਹੋ ਫਿਰ ਤੁਹਾਨੂੰ ਬਿਲਕੁਲ ਨਹੀਂ ਸਮਝ ਆਉਂਦੀ ਵੀ ਕਿੱਥੇ ਕਿਹੜਾ ਸਟੈਪ ਕਿਵੇਂ ਕਰਨਾ ਹੈ ਜਾਨੂੰ ਕਿਵੇਂ ਸੈੱਟ ਕਰਨਾ ਸੋ ਇਸ ਦੇ ਲਈ ਪਲੀਜ਼ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਜੇਕਰ ਤੁਹਾਡੇ ਕਿਸੇ ਫਰੈਂਡ ਨੂੰ ਜਾਂ ਤੁਹਾਡੇ ਫੈਮਿਲੀ ਮੈਂਬਰ ਨੂੰ ਇਸ ਮੇਕਅਪ ਦੀ ਜ਼ਰੂਰਤ ਹੈ ਤਾਂ ਜਰੂਰ ਉਹਨਾਂ ਨਾਲ ਸ਼ੇਅਰ ਕਰਿਓ ਵੀ ਉਹਨਾਂ ਦੀ ਹੈਲਪ ਹੋ ਜੇ ਉਸ ਤੋਂ ਬਾਅਦ ਜਦੋਂ ਆਪਾਂ ਮਤਲਬ ਕਵਰੇਜ ਵਧੀਆ ਆ ਜਾਂਦੀ ਹੈ ਫਾਊਂਡੇਸ਼ਨ ਦੀ ਹਨਾ ਇੱਕ ਹੁੰਦਾ ਹੈ ਵੀ ਆਪਾਂ ਸਕਿਨ ਦੇ ਸ਼ੇਡ ਦੇ ਨਾਲੋਂ ਥੋੜਾ ਜਿਵੇਂ ਹੁਣ ਲਾਈਟ ਸ਼ੇਡ ਦਾ ਫਾਊਂਡੇਸ਼ਨ ਯੂਜ਼ ਕਰਦੇ ਹਾਂ ਸਪੈਸ਼ਲੀ ਉਸ ਤਰ੍ਹਾਂ ਦਾ ਤਾਂ ਫਿਰ ਉੱਥੇ ਤਾਂ ਆਪਣੇ ਜਿਹੜੇ ਫੀਚਰ ਹੈ ਨਾ ਉਹ ਬਿਲਕੁਲ ਫੇਸ ਹੈ ਜਿਹੜਾ ਮਤਲਬ ਫਲੈਟ ਲੱਗਣ ਲੱਗ ਜਾਂਦੇ ਜਿਹੜੇ ਫੀਚਰ ਹੈ ਹਨਾ ਉਹ ਉੱਬਰ ਕੇ ਨਹੀਂ ਆਉਂਦੇ ਆ ਆਪਣੇ ਫੇਸ ਦੇ ਸੋ ਉਸ ਦੇ ਲਈ ਆਪਾਂ ਜਿਹੜੀ ਕੰਟੂਰਿੰਗ ਜ਼ਰੂਰ ਕਰਦੇ ਹਾਂ ਤਾਂ ਫੇਸ ਦੀ ਕੰਟੂਰਿੰਗ ਕਰਨ ਲਈ ਮੈਂ ਸਟਿਕ ਦਾ ਯੂਜ਼ ਕੀਤਾ ਕ੍ਰੀਮ ਕੰਟੂਰਿੰਗ ਕਰ ਸਕਦੇ ਹੋ ਫਿੰਗਰ ਨਾਲ ਵੀ ਕੰਟੂਰਿੰਗ ਨੂੰ ਉਸ ਤੋਂ ਬਾਅਦ 블ਸ਼ ਯੂਜ਼ ਕਰਾਂਗੇ ਪਾਊਡਰ ਵਾਲੀ ਵੀ ਯੂਜ਼ ਕਰ ਸਕਦੇ ਹਾਂ ਜੇਕਰ ਤੁਹਾਡੇ ਕੋਲੇ ਥ੍ਰੀਮ 블ਸ਼ ਹੈਗੀ ਆ ਉਹ ਯੂਜ਼ ਕਰ ਲਓ ਲਿਪਸਟਿਕ ਦਾ ਯੂਜ਼ ਕਰ ਲਓ ਵਧੀਆ 블ਸ਼ਰ ਦੇ ਤੌਰ ਤੇ ਹਨ ਐਂਡ ਉਸ ਤੋਂ ਬਾਅਦ ਕੰਟੂਰਿੰਗ ਪਾਊਡਰ ਦਾ ਜ਼ਰੂਰ ਯੂਜ਼ ਕਰਾਂਗੇ ਇਹਦੇ ਨਾਲ ਜਿਹੜੀ ਚੰਗੀ ਤਰ੍ਹਾਂ ਸੈੱਟ ਹੋ ਜਾਊਗਾ ਆਪਣਾ ਜਿਹੜਾ ਫੇਸ ਦੀ ਕੰਟੂਰਿੰਗ ਕੀਤੀ ਆ ਤੇ ਕੰਟੂਰਿੰਗ 블ਸ਼ ਜ਼ਰੂਰੀ ਯੂਜ਼ ਕਰਨੀ ਹੈ ਕਿਉਂਕਿ ਕੱਲਾ ਕਈ ਵਾਰ ਆਪਾਂ ਫਾਊਂਡੇਸ਼ਨ ਲਗਾ ਕੇ ਚਲੇ ਜਾਂਦੇ ਆ ਤੇ ਕੰਟੂਰਿੰਗ 블ਸ਼ ਨਹੀਂ ਯੂਜ਼ ਕਰਦੇ ਫਿਰ ਉਹ ਮੇਕਅਪ ਇੰਨਾ ਜ਼ਿਆਦਾ ਵਧੀਆ ਨਹੀਂ ਲੱਗਦਾ ਸੋ ਉਹਦੇ ਲਈ ਹੈ ਜਿਹੜਾ ਇਸ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਫੇਸ ਦੇ ਕੰਟੂਰਿੰਗ ਕਰਨੀ ਹੈ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓਜ਼ ਦੇਖ ਸਕਦੇ ਹੋ ਮੋਂ ਉਹਨਾਂ ਦੇ ਵਿੱਚ ਵੀ ਬਹੁਤ ਹੀ ਡਿਟੇਲ ਦੇ ਤਰੀਕੇ ਦੇ ਵਿੱਚ ਵੀਡੀਓਜ਼ ਬਣਾਈਆਂ ਹੋਈਆਂ ਨੇ ਚੰਗੀ ਤਰ੍ਹਾਂ ਸਮਝਾਇਆ ਤੁਹਾਨੂੰ ਕੰਟੂਰਿੰਗ ਬਾਰੇ ਜੇ ਜੋ ਵੀ ਮੇਕਅਪ ਦੀ ਮੈਂ ਵੀਡੀਓ ਬਣਾਉਣੀ ਹੈ ਸਾਰੀਆਂ ਗੱਲਾਂ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਦੀ ਹੁੰਦੀ ਆ ਵੀ ਤੁਹਾਨੂੰ ਕੋਈ ਕਨਫਿਊਜ਼ਨ ਨਾ ਹੋਵੇ ਤੁਹਾਨੂੰ ਚੰਗੀ ਤਰ੍ਹਾਂ ਮੇਕਅਪ ਕਰਨਾ ਜਿਹੜਾ ਅੱਜ ਹੈ ਸੋ ਮੈਨੂੰ ਬਹੁਤ ਜ਼ਿਆਦਾ ਕਮੈਂਟਸ ਆਉਂਦੇ ਹੁੰਦੇ ਆ ਵੀ ਦੀ ਸਾਨੂੰ ਮੇਕਅਪ ਨਹੀਂ ਕਰਨਾ ਆਉਂਦਾ ਤੁਸੀਂ ਇੰਨਾ ਵਧੀਆ ਕਿਵੇਂ ਕਰ ਲੈਨੇ ਹੋ ਮੈਂ ਤੁਹਾਨੂੰ ਇੱਕ ਗੱਲ ਹੀ ਕਹਿਣਾ ਚਾਹੂੰਗੀ ਕਿ ਕੋਈ ਵੀ ਕੰਮ ਔਖਾ ਨਹੀਂ ਹੁੰਦਾ ਆਪਾਂ ਕਹਿ ਦਈਏ ਵੀ ਨਹੀਂ ਇਹ ਮੈਨੂੰ ਨਹੀਂ ਕਰਨਾ ਆਉਂਦਾ ਬਸ ਆਪਾਂ ਕੋਸ਼ਿਸ਼ ਕਰਨ ਤੋਂ ਡਰਦੇ ਹੁੰਨੇ ਆ ਸੋ ਪ੍ਰੈਕਟਿਸ ਕਰਿਆ ਕਰੋ ਤਾਂ ਇੱਕ ਦਿਨ ਬਹੁਤ ਵਧੀਆ ਤੁਸੀਂ ਜਿਹੜੇ ਮੇਕਅਪ ਆਰਟਿਸਟ ਬਣ ਜਾਓਗੇ ਤੇ ਬਹੁਤ ਜ਼ਿਆਦੇ ਵਧੀਆ ਮੇਕਅਪ ਕਰਨ ਲੱਗ ਜਾਓਗੇ ਯਕੀਨ ਮੰਨਿਓ ਪ੍ਰੈਕਟਿਸ ਜ਼ਰੂਰ ਕਰਿਆ ਕਰੋ ਜਿੰਨਾ ਜਰ ਆਪਾਂ ਉਹ ਕੰਮ ਕਰਕੇ ਦੇਖਦੇ ਉਹਨਾਂ ਜਰ ਆਪਾਂ ਨੂੰ ਬਿਲਕੁਲ ਸਮਝ ਨਹੀਂ ਆਉਂਦੀ ਹਨਾ ਵੀ ਮਤਲਬ ਆਪ ਵੀ ਆਪਾ ਕਿੰਨਾ ਕੁ ਵਧੀਆ ਇਹ ਕੰਮ ਨੂੰ ਕਰ ਸਕਦੇ ਆ ਸੋ ਪ੍ਰੈਕਟਿਸ ਕਰੋਗੇ ਤਾਂ ਹੱਥਾਂ ਦੀ ਸਫਾਈ ਆਊਗੀ ਤੇ ਚੰਗੀ ਤਰ੍ਹਾਂ ਮੇਕਅਪ ਕਰਨਾ ਜਿਹੜਾ ਸਿੱਖ ਜੂਗੇ ਸੋ ਉਹਨਾਂ ਇੱਥੇ ਮੈਂ ਆਈ ਮੇਕਅਪ ਵੀ ਕਰ ਲਿਆ ਤੇ ਮਸਕਾਰੇ ਦਾ ਯੂਜ਼ ਕਰ ਲਿਆ ਸੋ ਇਸ ਲੁੱਕ ਦੇ ਵਿੱਚ ਮੈਂ ਸਿੰਪਲ ਜਿਹੀ ਮੈਟ ਆਈਜ਼ ਰੱਖੀਆਂ ਨੇ ਆਪਾਂ ਗੱਲਾਂ ਕਰ ਲਾਂਗੇ ਗੱਲਾਂ-ਗੱਲਾਂ ਦੇ ਵਿੱਚ ਮੈਂ ਜ਼ਰੂਰ ਦੱਸ ਦਿਆਂ ਤੁਹਾਨੂੰ ਵੀ ਜਿਹੜੀ ਮੈਚਰ ਸਕਿਨ ਹੁੰਦੀ ਹੈ ਜਿਵੇਂ ਏਜ ਹੋ ਜਾਂਦੀ ਹੈ ਆਪਣੀ ਹਨਾ 30 ਪਲੱਸ ਮੈਂ ਤੁਹਾਨੂੰ ਦੱਸਦਾ 32 33 35 ਇੰਨੇ ਸਾਲਾਂ ਤੱਕ ਜੇ ਇਸ ਤੋਂ ਉੱਪਰ ਦੀ ਏਜ ਹੋ ਜਾਂਦੀ ਹੈ ਤਾਂ ਉੱਥੇ ਕੀ ਕਰਨਾ ਹੈ ਜਿਹੜਾ ਆਈ ਮੇਕਅਪ ਉਹ ਮ ਦੇ ਜਿਹੜੀਆਂ ਰਿੰਕਲਸ ਹੁੰਦੀਆਂ ਨੇ ਅੱਖਾਂ ਤੇ ਉਹ ਜ਼ਿਆਦਾ ਦਿਸਣ ਲੱਗ ਜਾਂਦੀਆਂ ਨੇ ਸੋਅ ਆਇਲਾਈਨਰ ਦਾ ਯੂਜ਼ ਕਰਕੇ ਅਲੈਸ਼ੀਅਸ ਲਗਾ ਲੈਣੀਆਂ ਨੇ ਤੇ ਲਿਪ ਬਾਮ ਜ਼ਰੂਰ ਲਗਾਉਣੀ ਹੈ ਜਦੋਂ ਮੇਕਅਪ ਕਰਨਾ ਸਟਾਰਟ ਕਰਨਾ ਹੈ ਉਦੋਂ ਹੀ ਲਿਪ ਬਾਮ ਜ਼ਰੂਰ ਲਗਾ ਲੈਣੀ ਹੈ ਲਿਪਸ ਤੇ ਮੋਇਸਚਰਾਈਜ਼ ਕਰਨਾ ਲਿਪਸ ਨੂੰ ਲਾਈਟ ਹੀ ਕਲਰ ਦੀ ਮੈਂ ਲਿਪਸਟਿਕ ਲਗਾ ਲਈ ਹੈ ਇਹਨੂੰ ਮੈਂ ਜ਼ਿਆਦਾ ਵਾਰੀ ਨਹੀਂ ਲਿਪਸਟਿਕ ਨੂੰ ਲਗਾਇਆ ਵੀ ਜ਼ਿਆਦਾ ਇਹਦੀ ਕੋਟਿੰਗ ਨਹੀਂ ਕੀਤੀ ਬਸ ਇੱਕ ਦੋ ਵਾਰੀ ਜਿਹੀ ਲਗਾਇਆ ਜਨ ਕੇ ਬਿਲਕੁਲ ਇਹ ਸਿੰਪਲ ਜੀ ਆ ਹੋਰ ਆਖੀ ਲਿਪਸਟਿਕ ਦਾ ਕਲਰ ਮੈਂ ਤੁਸੀਂ ਕੋਈ ਵੀ ਪਿੰਕ ਜੀ ਸ਼ੇਡ ਦੀ ਜਾਂ ਇਸ ਤਰ੍ਹਾਂ ਦੀ ਲਾਈਟ ਕਾਫੀ ਜੀ ਨੂਡ ਕਲਰ ਦੀ ਲਿਪਸਟਿਕ ਲਗਾ ਸਕਦੇ ਵਸੇ ਨੂਡ ਜਿਹੜੀ ਲਿਪਸਟਿਕ ਹੈ ਨਾ ਉਹ ਬਹੁਤ ਜ਼ਿਆਦਾ 트ੈਂਡ ਦੇ ਵਿੱਚ ਚੱਲਦੀਆਂ ਨੇ ਐਂਡ ਉਸ ਤੋਂ ਬਾਅਦ ਆਪਾਂ ਬ੍ਰਾਊ ਬੋ ਨੂੰ ਹਾਈਲਾਈਟ ਕਰ ਲਾਂਗੇ ਫੇਸ ਦੀ ਹਾਈਲਾਈਟਿੰਗ ਕਰ ਲਾਂਗੇ ਤੇ ਬਲੈਕ ਸੂਟ ਮੈਂ ਪਹਿਨਿਆ ਸੀਗਾ ਮੇਰੇ ਕੋਲ ਇਹੀ ਸੂਟ ਸੀਗਾ ਜਿਹੜਾ ਜਿਹਨੂੰ ਪ੍ਰੈਸ ਕਰਨ ਦੀ ਲੋੜ ਨਹੀਂ ਪੈਂਦੀ ਸੀ ਕਿਉਂਕਿ ਠੰਡ ਬਹੁਤ ਸੀਗੀ ਤੇ ਕੋਈ ਕੱਪੜੇ-ਕੁਪੜੇ ਪ੍ਰੈਸ ਕਰਨ ਨੂੰ ਜੀ ਨਹੀਂ ਕਰਦਾ ਸੀਗਾ ਤੇ ਬਾਕੀ ਵੀਡੀਓ ਵੀ ਮੈਂ ਬਣਾ ਲਈ ਮੈਨੂੰ ਜ਼ਰੂਰਤ ਮਹਿਸੂਸ ਸੋ ਇਸ ਤਰ੍ਹਾਂ ਤੁਸੀਂ ਹਲਕੀ ਜੀ ਜੁਐਲਰੀ ਚੁੰਮਕੇ ਪਹਿਨ ਸਕਦੇ ਹੋ ਕੋਈ ਵੈਸੇ 골ਡ ਦੀ ਜਿਹੜੀ ਜੁਐਲਰੀ ਹੈ ਉਹ ਵੀ ਬਹੁਤ ਸੋਹਣੀ ਲੱਗਦੀ ਹੈ ਜਨਨ ਕਿ ਆਰਟੀਫੀਸ਼ੀਅਲ ਆਉਂਦੀ ਹੈ ਜਿਹੜੀ 골ਡ ਕੋਟਿੰਗ ਵਾਲੀ ਬਹੁਤ ਟ੍ਰੈਂਡ ਦੇ ਵਿੱਚ ਚੱਲਦੀ ਉਹ ਪਹਿਨ ਸਕਦੇ ਹੋ ਤੇ ਇਹੀ ਸੀਗੀ ਜੀ ਅੱਜ ਦੀ ਵੀਡੀਓ ਬਹੁਤ ਮਿਹਨਤ ਕਰਕੇ ਟਾਂਡੇ ਦੇ ਵਿੱਚ ਵੀਡੀਓ ਸ਼ੂਟ ਕੀਤੀ ਹੈ ਸੋ ਪਲੀਜ਼ ਇੱਕ ਲਾਈਕ ਜ਼ਰੂਰ ਕਰਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀਏ ਕਮੈਂਟ ਬਾਕਸ ਦੇ ਵਿੱਚ ਪਲੀਜ਼ ਜ਼ਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਜਿਹੜੀ ਵੀਡੀਓ ਕਿਵੇਂ ਦੀ ਲੱਗੀ ਤੇ ਮਿਲਾਂਗੇ ਕਿਸੇ ਨੈਕਸਟ ਵੀਡੀਓ ਨਾਲ ਤਦ